गुरुद्वारा श्री गुरु तेग बहादुर पातना विखे स्टेट बैंक ऑफ इंडिया वालों रोजगार लोन मेला लगाया गया। इस मौके तहसीलदार नायब तहसीलदार प्रधान सरदार करमजीत सिंह जनरल सकत्र सरदार भुपिंदर सिंह चेयरमैन सुखजीत सिंह गुरबचन मान हरजिंदर सिंह मास्टर जरनैल सिंह सुरजीत सिंह नीलोवाल हरदीप संतोख सिंह खिंडा गुरविंदर सिंह सुखदेव फौजी दर्शन सिंह जोगिंदर भुल्लर लाभ सिंह इकबाल बागी रेशम ग्रंथी हाजिर सन। सर जिहड़ा अज गुरुद्वारा श्री गुरु तेग बहादुर साहिब विखे कैंप लाया जा रहा जी, किस बैंक वालों लगाया जा रहा है, की इहदा प्रोसीजर है जी? रोजगार मेला लग्या होया अज, ते जो भी 18 साल तो 60 साल तक उम्र है जिन्हां दी, उस वास्ते है, कोई रोजगार स्टार्ट करना चाहता है उस वास्ते लोन है जी। सर इस तरह रोजगार मेले कोई पहले भी लगाए गए ने जी? नहीं पहले तो नहीं, फर्स्ट टाइम ही लग्या। अच्छा जी, ਅਤੇ ਇਹਦੇ ਵਿੱਚ ਤਕਰੀਬਨ ਕਿੰਨੇ ਬਲੋਕ ਜਾਂ ਕਿੰਨੇ ਪਿੰਡਾਂ ਦਾ ਜਿਹੜਾ ਸਰਕਲ ਬਣਾਇਆ ਗਿਆ ਜੀ? ਪੂਰਾ ਨੇੜੇ ਦੇ ਸਰ ਪਾਤੜਾ ਦੇ ਨੇੜੇ ਦੇ ਸਾਰੇ ਆਪਾਂ ਬਾਦਸ਼ਾਹਪੁਰ ਤੋਂ ਆਏ ਹੋਏ ਨੇ, ਗੁਰਜਾਰਪੁਰ ਦੇ ਹੈਗੇ, ਸ਼ੁਕਰਾਨਾ ਦੇ ਹੈਗੇ, ਤਿੰਨ ਚਾਰ ਬੈਂਕ ਵਾਲੇ ਹੈਗੇ। ਕੈਂਪ ਲਾ ਕੇ ਅਤੇ ਕੀ ਲੋਕਾਂ ਨੂੰ ਫਾਇਦਾ ਹੋਊਗਾ ਇਹਦਾ? ਅੱਜ ਜਿਹੜਾ ਕੈਂਪ ਲਗਾਇਆ ਜਾ ਰਿਹਾ ਹੈ ਡਿਪਟੀ ਕਮਿਸ਼ਨਰ ਪਟਿਆਲਾ ਜੀ ਦੀਆਂ ਹਦਾਇਤਾਂ ਅਨੁਸਾਰ ਲਗਾਇਆ ਜਾ ਰਿਹਾ, ਅਤੇ ਸਟੇਟ ਬੈਂਕ ਆਫ ਇੰਡੀਆ ਦੇ ਵੱਲੋਂ ਸਵੈ ਰੁਜ਼ਗਾਰ ਸਕੀਮ ਅਧੀਨ ਜਿਨ੍ਹਾਂ ਵੱਲੋਂ ਲੋੜ ਅਨੁਸਾਰ ਅਪਲਾਈ ਕੀਤਾ ਜਾ ਰਿਹਾ ਹੈ ਉਹਨਾਂ ਨੂੰ ਮੁਹੱਈਆ। ਕਿੰਨੇ ਕੁ ਐਪਲੀਕੇਸ਼ਨਾਂ ਤੁਹਾਨੂੰ ਲੱਗਦਾ ਇਹਦਾ ਅੰਦਾਜ਼ਾ ਕਿੰਨੀ ਕੁ ਆ ਚੁੱਕੀ ਹੈ ਹੁਣ ਤੱਕ? ਇੱਥੇ ਰੁਜ਼ਗਾਰ ਵਿਭਾਗ ਵੱਲੋਂ ਵੀ ਜਿਹੜੇ ਕਰਮਚਾਰੀ ਆਏ ਆ ਉਹਨਾਂ ਕੋਲ ਹੁਣ ਤੱਕ 96 ਦਰਖਾਸਤਾਂ ਪਹੁੰਚ ਚੁੱਕੀਆਂ, ਅਤੇ ਇਹਦੇ 'ਚ 4 ਬ੍ਰਾਂਚਾਂ ਗੁਰਜਾਰਪੁਰ ਖਰੂਆ ਬਾਦਸ਼ਾਹਪੁਰ ਅਤੇ ਪਾਤੜਾਂ ਦੇ ਲੋਕਲ ਬੈਂਕਾਂ ਵੱਲੋਂ ਇਹਦੀ ਐਪਲੀਕੇਸ਼ਨਾਂ ਦਰਜ ਕੀਤੀਆਂ ਜਾ ਰਹੀਆਂ ਜਿਹੜੀਆਂ ਕਿ ਉਹਨਾਂ ਕੋਲੋਂ 60 ਦੇ ਕਰੀਬ ਦਰਜ ਹੋ ਚੁੱਕੀ। ਕੁਝ ਲੋਕਾਂ ਨੂੰ ਪਹਿਲਾਂ ਸਿਮ ਅੰਦਰ ਦਾ ਦਿੱਤਾ ਗਿਆ ਅਤੇ ਵੀ ਲੱਗਦਾ ਵੀ ਉਹ ਗਲਤ ਦਿੱਤੀ ਗਈ ਜਾਂ ਕੀ ਲੱਗਿਆ ਜੀ? ਨਹੀਂ ਉਹਨਾਂ ਵੱਲੋਂ ਫਿਰ ਇਹ ਹੁਣ ਸ਼ਿਵ ਮੰਦਰ ਦਾ ਜਿਹੜਾ ਸੀਗਾ ਉਹ ਹੁਣ ਇੱਥੇ ਗੁਰਦੁਆਰਾ ਸਾਹਿਬ ਹੀ ਇੱਕ ਥਾਂ ਸ਼ਿਫਟ ਕਰ ਦਿੱਤਾ ਗਿਆ। ਇੱਕ ਮਿੰਟ ਜੀ, ਕੀ ਨਾਮ ਹੈ ਜੀ ਆਪਣਾ? ਹੈ ਮਨਜੀਤ ਕੌਰ। ਅੱਛਾ, ਕਿੱਥੋਂ ਆਏ ਜੀ? ਅਸੀਂ ਪਾਤੜਾਂ ਤੋਂ। ਇਹ ਮੈਡਮ ਜਿਹੜਾ ਜੇ ਲੋਨ ਮੇਲਾ ਲਗਾ ਰਹੇ ਜੀ ਬੈਂਕ ਵੱਲੋਂ ਗੁਰਦੁਆਰਾ ਸਾਹਿਬ ਵਿਖੇ, ਤੁਸੀਂ ਇੱਥੇ ਆ ਕੇ ਸੰਤੁਸ਼ਟ ਹੋ ਜਾ ਕਿਵੇਂ ਹੋ ਜੀ? ਨਹੀਂ ਜੀ, ਅਸੀਂ ਕੋਈ ਸੰਤੁਸ਼ਟ ਕਿਵੇਂ ਜੀ, ਤੁਹਾਡਾ ਕੀ ਹੋਇਆ ਜੀ? ਮਤਲਬ ਹੁਣ ਪਹਿਲਾਂ ਤਾਂ ਕਹਿ ਰਹੇ ਨੇ ਵੀ ਲੋਨ ਵੀ ਆਓ ਗੁਰੂ ਤੇਗ ਬਹਾਦਰ ਗੁਰਦੁਆਰਾ ਸਾਹਿਬ ਲੋਨ ਹੋਏਗਾ ਸਭ ਦਾ, ਫਿਰ ਉਸ ਤੋਂ ਬਾਅਦ ਕਹਿਣ ਲੱਗੇ ਹੁਣ ਬਈ ਮੈਂ ਇੱਕ ਗੱਲ ਦੱਸੋ, ਜਿਹੜੇ ਬੱਚੇ ਬੇਰੁਜ਼ਗਾਰ ਫਿਰਦੇ ਆ ਉਹਨਾਂ ਕੋਲੋਂ ਵਿਚਾਰਿਆਂ ਕੋਲੋਂ ਦਿਖਾਉਣ ਵਾਸਤੇ ਕੰਮ ਕੋਈ ਨਹੀਂ ਹੈਗਾ, ਜਿਹੜੇ ਪਹਿਲਾਂ ਬੇਰੁਜ਼ਗਾਰ ਹੀ ਨੇ ਉਹਨਾਂ ਕੋਲ ਕੰਮ ਦਿਖਾਉਣ ਵਾਸਤੇ ਕੁਛ ਹੈ ਨਹੀਂ, ਜੋ ਕੰਮ ਦਿਖਾਉਣਗੇ ਕਿੱਥੋਂ? साथियों, आज जो है ये 5 तारीख का 6वां महीना 2019 का समय है, ये जो पवित्र स्थान है गुरु तेग बहादुर साहिब गुरुद्वारा पातना का स्थान है, और ये सेंट्रल गवर्नमेंट की तरफ से स्टेट बैंक का SBI भारतीय स्टेट बैंक की ओर से ये डिस्ट्रिक्ट पटियाला में हल्का शतराना तहसील पातना में रोज़गार लोन मेला है, तो इसमें काफ़ी सारे गांव के जो लोग हैं वो पार्टिसिपेट कर रहे हैं, एज पर गांव के सरपंचों मेरे को इन्विटेशन दिया है, काफ़ी सारी संगत मेरे साथ आई है, कुछ लाइनों में खड़ी है, सिर्फ नियर अबाउट ये 500,000 ही दे रहे हैं 50,000 रुपये, तो कुछ लोगों का कहना कि 50,000 कम है, अगर उनके पास कोई DMLD या कुछ डिप्लोमा होल्डर है, ITI है या कुछ ग्रेजुएशन है या जैसी उनकी गुणवत्ता है उस बेस पर ये मिलना चाहिए, बाकी हम तो इनसे बहुत इंस्पायर हैं, हमें बहुत अच्छा लग रहा है।